ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਐਮ ਵੈਂਕਿਆ ਨਾਇਡੂ ਵੱਲੋਂ ਭਾਰਤ ਦੀਆਂ 50 ਪ੍ਰਸਿੱਧ ਸਿੱਖ ਸ਼ਖਸੀਅਤਾਂ ਬਾਰੇ ਲਿਖੀ ਪੁਸਤਕ ਪ੍ਰੋਮੀਨੈਂਟ ਸਿੱਖਸ ਆਫ ਇੰਡੀਆ ਨੂੰ ਰਿਲੀਜ਼ ਕਰਨ ਦੀ ਖੁਸ਼ੀ ਵਿਚ ਸਰਦਾਰ ਅਮਰਜੀਤ ਸਿੰਘ ਅਤੇ ਸਰਦਾਰਨੀ ਦਲਜੀਤ ਕੌਰ ਲੁਧਿਆਣਾ ਨੇ ਕਿਤਾਬ ਦੇ ਲੇਖਕ ਡਾਕਟਰ ਪ੍ਰਭਜੀਤ ਸਿੰਘ ਦੇ ਸਨਮਾਨ ਵਿਚ ਪ੍ਰਸ਼ੰਸਾ ਪੱਤਰ ਭੇਟ ਕਰਕੇ ਆਸ਼ੀਰਵਾਦ ਦਿੱਤਾ। ਇਸ ਮੌਕੇ ਭਾਈ ਸਾਹਿਬ ਗੁਰਦੀਪ ਸਿੰਘ ਜੀ, ਟੱਕੀ ਸਾਹਿਬ, ਚੜਿਤਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ, ਸਰਦਾਰਨੀ ਹਰਬੰਸ ਕੌਰ, ਡਾਕਟਰ ਜਸਵਿੰਦਰ ਕੌਰ ਅਤੇ ਪ੍ਰੋਫੈਸਰ ਇੰਦਰਜੀਤ ਕੌਰ ਮੌਜੂਦ ਰਹੇ। ਕਾਬਲੇ ਗੌਰ ਹੈ ਕਿ ਪ੍ਰਭਜੀਤ ਸਿੰਘ ਵੱਲੋਂ ਲਿਖੀ ਕਿਤਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਛਾਪੀ ਹੈ, ਜਿਸ ਵਿੱਚ ਉਹਨਾਂ 50 ਸਿੱਖਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਵੱਡਾ ਨਾਮਨਾ ਖੱਟਿਆ।